ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਤੁਹਾਡਾ। ਅਸੀਂ ਖੜੇ ਹਾਂ ਅੱਜ ਬਰਨਾਲੇ ਦੇ ਕੋਲ, ਪਿੰਡ ਕੋਟਦੂਨਾ ਦੇ ਵਿੱਚ, ਅਤੇ ਸਾਡੇ ਨਾਲ ਨੇ ਜੋ ਸ਼ਖਸ ਮੌਜੂਦ ਨੇ, ਉਹਨਾਂ ਨੂੰ ਇੱਕ ਰਿਜ਼ਲਟ ਮਿਲਿਆ ਵਾ। ਉਹ ਆਪਣੇ ਬਾਰੇ ਦੱਸਣਗੇ ਕਿ ਉਹਨਾਂ ਨੂੰ ਕੀ ਕੀ ਰਿਜ਼ਲਟ ਮਿਲਿਆ ਵਾ, ਅਤੇ ਸਰ ਉਹਨਾਂ ਬਾਰੇ ਜਾਣਦੇ। ਸਰ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸੁਰਜੀਤ ਸਿੰਘ ਹੈ। ਅੱਛਾ, ਸੁਰਜੀਤ ਸਿੰਘ ਜੀ ਆ। ਅਤੇ ਸੁਰਜੀਤ ਸਿੰਘ ਜੀ ਕਿੱਥੋਂ ਬਿਲੋਂਗ ਕਰਦੇ ਆ ਜੀ? ਮੈਂ ਜੀ ਇੱਥੇ ਦੇ ਰਹਿਣ ਵਾਲੇ ਹਾਂ ਜੀ। ਕੋਟ ਤੁਹਾਡਾ ਪਿੰਡ ਕਿਹੜਾ? ਕੋਟ ਦਿੰਦਾ ਜੀ। ਹਾਂਜੀ। ਜ਼ਿਲ੍ਹਾ? ਤੇ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਬਰਨਾਲਾ ਜੀ। ਜ਼ਿਲ੍ਹਾ ਬਰਨਾਲਾ ਜੀ। ਤੇ ਸਰ ਤੁਹਾਨੂੰ ਕੀ ਕੀ ਪ੍ਰੋਬਲਮ ਸੀ? ਮੈਨੂੰ ਪ੍ਰੋਬਲਮਾਂ ਤਾਂ ਸਾਰੀਆਂ ਦੀ ਕਰਕੇ ਮੇਰੇ ਸਰੀਰ 'ਚ ਦਰਦ ਹੁੰਦਾ ਸੀ। ਅੱਛਾ ਜੀ। ਭੁੱਕੀ ਖਾਂਦਾ ਜੀ ਮੈਂ ਕਿਲੋ। ਅੱਛਾ ਜੀ। ਹਾਂ, ਮਹੀਨੇ ਦੀ। ਅੱਛਾ ਜੀ। ਦਰਦ ਦਾ ਮਾਰਾ। ਓਕੇ। ਮੈਂ ਸਾਰੀ ਮੇਰੀ ਓਕੇ ਦੀ ਰਿਪੋਰਟ ਆ। ਓਕੇ ਜੀ। ਹਾਂ, ਤੇ ਤੁਸੀਂ ਮਤਲਬ ਕਿ 1 ਕਿਲੋ ਭੁੱਕੀ ਖਾਂਦੇ ਸੀਗੇ, ਤੇ ਤੁਹਾਨੂੰ ਪ੍ਰੋਬਲਮ ਆ, ਤੁਸੀਂ ਕੀ ਖਾਧਾ ਜਿਹਦੇ ਨਾਲ ਤੁਸੀਂ ਠੀਕ ਹੋਏ ਹੋ? ਮੈਂ ਜੀ ਆਹ ਡੱਬੀ ਖਾਧੀ ਆ, 2 ਡੱਬੀਆਂ ਖਾਧੀਆਂ ਨੇ ਮੈਂ, ਇੱਕ ਹਜੇ ਖਾਣ ਵਾਲੀ ਰਹਿੰਦੀ ਹੈ, ਮੇਰਾ ਜਮਾ ਓਕੇ ਆ ਸਰੀਰ। ਓਕੇ। ਹਾਂ, ਤੇ ਹੁਣ ਤੁਸੀਂ ਭੁੱਕੀ ਖਾ ਰਹੇ ਹੋ ਕਿ ਨਹੀਂ? ਨਾ, ਮੈਂ ਕੁਝ ਨਹੀਂ ਖਾਂਦਾ। ਕਿਆ? ਅੱਛਾ ਜੀ, ਕਿਆ ਬਾਤ। ਤੇ ਸਰ ਅੱਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ? ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਵੀ ਆਹ ਦਵਾਈ ਹੈ, ਇੱਕ ਸ਼ਰਤੀ ਆ ਗੱਲ ਆ। ਹਾਂਜੀ। ਵੀ ਇਹਨੂੰ ਲਓ, ਜਿਹੜਾ ਬੰਦਾ ਕੋਈ ਨਸ਼ਾ ਕਰਦਾ ਇਹਦੇ ਨਾਲ ਬਿਲਕੁਲ ਸੁੱਟਦਾ। ਅੱਛਾ। 2 ਮਹੀਨੇ ਚ 2 ਡੱਬੀਆਂ ਖਾ ਕੇ ਬਿਲਕੁਲ ਓਕੇ ਆ ਸਰੀਰ। ਠੀਕ ਹੈ। ਬੰਦਾ ਕੋਈ ਵੀ ਕਮਜ਼ੋਰੀ ਮਹਿਸੂਸ ਕਰਦਾ ਇਹ ਪੂਰੀ ਕਰਦੀ ਆ। ਠੀਕ ਹੈ ਜੀ। ਮੈਂ ਅੱਜ ਐਂ ਕਹਿਣਾ ਵੀ ਮੇਰੇ ਨਾਲ ਦਾ ਜੇ ਕੋਈ ਬੰਦਾ, ਮੇਰੀ ਉਮਰ ਦਾ ਜਵਾਨ, ਹੁਣ ਵੀ ਜਵਾਨੀ ਭਰੇ ਵੀ, ਹੁਣ ਵੀ ਮੁੰਡਾ ਖੁੰਡਾ ਮੇਰੇ ਨਾਲ, ਮੈਂ ਹੁਣ ਵੀ ਕਹਿਣਾ ਮੈਂ ਵਾਧੂ ਆ, ਮੇਰਾ ਸਰੀਰ ਓਕੇ ਆ। ਕਿਆ ਬਾਤ ਹੈ, ਇੰਨਾ ਤੁਹਾਨੂੰ ਜ਼ਬਰਦਸਤ ਰਿਜ਼ਲਟ ਮਿਲਿਆ, ਬਹੁਤ ਬਹੁਤ ਮੁਬਾਰਕਾਂ। ਦੋਸਤੋ, ਇਹਨਾਂ ਨੇ ਰੈਨਟਾ ਸਨੋਵਾ ਦਿਆ, 1-2 ਪ੍ਰੋਡਕਟ ਯੂਜ਼ ਕੀਤੇ ਸੀ, ਇਹਨਾਂ ਨੂੰ ਜ਼ਬਰਦਸਤ ਰਿਜ਼ਲਟ ਮਿਲਿਆ ਵਾ, ਤੇ ਇਹ ਅੱਗੇ ਪ੍ਰਮੋਟ ਕਰਦੇ ਆ। ਧੰਨਵਾਦ ਸਾਰਿਆਂ ਦਾ, ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।